ਜੀ ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜੌੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਲੱਗਦਾ, ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਹਾਂ। ਪਸ਼ੂ ਤੁਹਾਨੂੰ ਅੱਜ ਆਪਾਂ ਦੋਸਤੋ ਦੋ ਦਿਖਾ ਦੇਣੇ ਆ, ਤੇ ਇੱਕ ਨੀਲੀ ਰਾਵੀ ਦੀ ਦੋਸਤੋ ਮੱਝ ਦਿਖਾਵਾਂਗੇ, ਢੇਲੀ ਮੀਨੀ ਮੱਝ। ਤੇ ਅੱਜ ਦੋਸਤੋ ਜਿਹੜੀ ਆਪਾਂ 2 ਦਸੰਬਰ ਨੂੰ ਜਿਹੜੀ ਵੀਡੀਓ ਸ਼ੂਟ ਕਰਦੇ ਪਏ ਹਾਂ, ਤੇ ਜਿਹੜਾ ਟਾਈਮ ਹੈਗਾ ਮੋਰਨਿੰਗ ਦਾ ਦੋਸਤੋ 8:30 ਤੋਂ 9 ਵਜੇ ਦਾ ਜਿਹੜਾ ਸਮਾਂ ਹੋਵੇਗਾ ਸਵੇਰ ਦਾ। ਤੇ ਇੱਕ ਦੋਸਤੋ ਸ਼ਾਹੀਵਾਲ ਜਿਹੜੀ ਵਹਿੜ ਆ ਵੀਰ ਦੇ ਕੋਲ, ਹਜੇ 10 ਕੁ ਦਿਨ ਸੂਣ ਦੇ ਵਿੱਚ ਬਾਕੀ ਆ। ਸੋ ਤੁਸੀਂ ਜੇਕਰ ਅੱਜ ਖਰੀਦਦੇ ਹੋ ਤਾਂ ਉਹ ਤੁਸੀਂ ਵੀਰ ਹਰਵੇਲ ਦੇ ਨਾਲ ਗੱਲ ਕਰ ਲਿਓ, ਬਾਕੀ ਜਦੋਂ ਪ੍ਰੋਪਰ ਤਿਆਰੀ ਦੇ ਵਿੱਚ ਹੋਈ ਤਾਂ ਇਸਦੀ ਵੀਡੀਓ ਆਪਾਂ ਅਪਲੋਡ ਕਰਾਂਗੇ ਆਪਣੇ ਚੈਨਲ 'ਤੇ। ਉਸ ਤੋਂ ਪਹਿਲਾਂ ਜੇਕਰ ਕਿਸੇ ਕਿਸਾਨ ਵੀਰ ਨੂੰ ਪਸੰਦ ਹੋਵੇ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਜੇ। ਅਤੇ 2 ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ, ਪ੍ਰੋਪਰ ਡਿਟੇਲ ਹੈਗੀ ਜਿਹੜੀ ਆਪਾਂ ਵੀਰ ਹਰਵੇਲ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਮੱਝ ਦੋਸਤੋ ਨੀਲੀ ਰਾਵੀ ਦੇ ਵਿੱਚ ਆ, ਟੇਢਾ ਘੱਟ ਆ। ਅਤੇ ਆਓ, 1 ਟਾਈਮ 2 ਟਾਈਮ 3 ਟਾਈਮ ਆਪਣੀ ਤਸੱਲੀ ਜਿਹੜੀ ਹੈਗੀ ਆ ਆਪਣਾ ਫਰਜ਼ ਸਮਝ ਕੇ ਜ਼ਰੂਰ ਕਰ ਲਿਓ। ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰਕੇ ਲੈ ਕੇ ਜਾ ਸਕਦੇ ਹੋ। ਸੋ ਗੱਲਬਾਤ ਕਰਦੇ ਵੀਰ ਦੇ ਨਾਲ। ਸਭ ਤੋਂ ਪਹਿਲਾਂ ਵੀਰ ਹਰਵੇਲ, ਸਤਿ ਸ਼੍ਰੀ ਅਕਾਲ। ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ, ਠੀਕ ਠਾਕ? ਬਹੁਤ ਵਧੀਆ ਵੀਰੇ। ਹਰਵੇਲ, ਅੱਜ ਆਪਣੇ ਕੋਲ 2 ਨਗ ਸੇਲ ਆ ਜੀ। ਬਿਲਕੁਲ ਜੀ, 2 ਨਗ ਆ ਸੰਧੂ ਸਾਹਿਬ। ਇੱਕ ਮੀਨੀ ਨੀਲੀ ਆ, ਹਾਂਜੀ, ਬਾਕੀ ਦੂਜੀ ਮੱਝ ਵੀ ਨੀਲੀ ਦਾ ਪੱਖ ਰੱਖਦੀ ਆ। ਠੀਕ ਹੈ ਜੀ, ਹਾਂਜੀ। ਸੋ ਆਪਾਂ ਵਿਖਾਈਏ ਮਾੜਾ ਜਿਹਾ ਬੰਤਰ ਬੁੰਤਰ ਜੀ। ਸੋ ਦੋਸਤੋ, ਆਹ ਨੀਲੀ ਰਾਵੀ ਦੀ ਵੀਰ ਦੇ ਕੋਲ ਮੱਝ ਆਈ ਆ ਸੇਲ ਦੇ ਲਈ, ਅਵੇਲੇਬਿਲਟੀ ਆ। ਨੀਲੀ ਆ ਬਿਲਕੁਲ, ਡਿੰਗਾ ਘੱਟ ਆ ਦੇਖੋ, ਤੇ ਫਿਰ ਚਲਾਗਾ ਫੁੱਲ। ਠੀਕ ਹੈ ਜੀ, ਕਿਹੜਾ ਕਾਟਾ ਕਿਸਾਨ ਵੀਰੋ? ਦੂਜੇ ਸੂਏ ਚੱਲ ਰਹੀ ਆ। ਠੀਕ ਹੈ ਜੀ, ਵੀ ਇਸ ਟਾਈਮ ਜਿਹੜਾ ਦੁੱਧ 11 ਤੋਂ 12 ਲੀਟਰ ਜਿਹੜੇ ਦੇ ਥੱਲੇ ਰਹਿ ਗਏ, 11 ਤੋਂ 12 ਲੀਟਰ ਜੀ, 10 ਤੋਂ ਬਾਹਰ ਰਹੂ। ਠੀਕ ਹੈ ਜੀ, ਤੇ ਦਿਨ ਕਿੰਨੇ? 5 ਕੁ ਦੱਸਿਆ ਸੀ ਸੂਈ ਨੂੰ? 5 ਦਿਨ ਹੋ ਗਏ। 5 ਕੁ ਦਿਨ ਹੋ ਗਏ ਦੋਸਤੋ ਸੂਈ ਨੂੰ, ਤੇ ਮੇਲ ਕਾਫ ਆ ਨੀਚੇ ਕੱਟਾ ਹੈ, ਤੇ ਬੇਸ਼ੱਕ ਤੁਸੀਂ ਕੱਟਾ ਵੇਖ ਲਓ। ਠੀਕ ਹੈ ਜੀ, ਪ੍ਰੋਪਰ ਨਿਸ਼ਾਨਾਂ ਦੇ ਵਿੱਚ ਜਿਹੜਾ ਮੇਲ ਕਾਫ ਆ, ਤੇ ਮੱਝ ਜਿਹੜੀ ਹੈਗੀ ਆ ਪ੍ਰੋਪਰ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਆ। ਚਵਾਈ ਤੁਸੀਂ ਇਸੇ ਵੀਡੀਓ ਦੇ ਵਿੱਚ ਵੇਖ ਲਿਓ ਦੋਸਤੋ, ਪੂਰੀ ਤਸੱਲੀ ਦੇ ਨਾਲ। ਹਵਾਨੇ ਅੱਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ, ਚਾਰੇ ਪੈਰਾਂ ਦੇ ਜਿਹੜੇ ਵਾਈਟ ਨਿਸ਼ਾਨ ਹੈਗੇ ਆ, ਪੂਛ ਜਿਹੜੀ ਬਿਲਕੁਲ ਧਰਤੀ ਨੂੰ ਟੱਚ ਕਰਦੀ ਆ, ਅੱਡਰ ਦੀ ਕੁਆਲਿਟੀ ਬਹੁਤ ਖੂਬਸੂਰਤ, ਤੇ ਬਿਲਕੁਲ ਬਰੀਕ ਚਮੜੀ ਆ ਦੋਸਤੋ, ਸਕਿਨ ਬਿਲਕੁਲ ਬਰੀਕ ਆ। ਟੇਢਾ ਕੱਟ ਆ, ਡਿੰਗਾ ਚੀਰਾ ਦੋਸਤੋ, ਬਹੁਤੇ ਵੀਰਾਂ ਦੀ ਪਸੰਦ ਹੁੰਦੀ ਆ ਟੇਢੇ ਕੱਟ ਦੇ ਵਿੱਚ, ਤੇ ਉੱਪਰੋਂ ਮੀਣੀ ਆ। ਤੇ ਬੇਸ਼ੱਕ ਸਿੰਘ ਕਹਿੰਦੇ ਵੀਰ, ਹਿਲਦੇ ਨਹੀਂ ਨਾ, ਸਿੰਘ ਫਿਕਸ ਆ, ਕਲਿੱਪ ਸਿੰਘ ਵੀਰ ਕਹਿੰਦਾ ਵੀ ਕਹਿ ਦੇਈਦਾ, ਤੇ ਹਿਲਦੇ ਨੀਗੇ। ਸੋ ਹਵਾਨੇ ਦੀ ਬਣਤਰ ਬਹੁਤ ਖੂਬਸੂਰਤ, ਤਕਰੀਬਨ ਦੁੱਧ ਹੁਣ ਵੀਰ ਕਿੰਨੇ? 11 ਕੁ ਲੀਟਰ ਤੇ ਚੱਲ ਰਹੀ, 10 ਤੋਂ ਬਾਹਰ ਕਵਾਂਗੇ। ਠੀਕ ਹੈ ਜੀ, 11 ਹੋਵੇ 12 ਹੋਵੇ। ਠੀਕ ਹੈ ਜੀ, ਸੋ 10 ਲੀਟਰ ਤੋਂ ਬਾਹਰ ਵੀਰ ਕਹਿ ਰਿਹਾ ਵੀ ਦੁੱਧ ਹੈਗਾ, ਬੇਸ਼ੱਕ 11 ਸਾਢੇ 11 ਵੀ ਹੋ ਸਕਦਾ, ਬਾਕੀ ਤੁਸੀਂ 10 ਲੀਟਰ ਤੋਂ ਜਿਹੜਾ ਪਲੱਸ ਮੰਨ ਕੇ ਇਹ ਲੈ ਕੇ ਜਾ ਸਕਦੇ ਜੀ। ਇੱਕ ਤੁਹਾਨੂੰ ਮੈਨੂੰ ਲੱਗਦਾ ਵਾਈਟ ਆ ਜੀ, ਆਹ ਲਓ, ਇੱਕ ਵਾਈਟ ਆ, ਹਵਾਨੇ ਤੇ ਦਾਗ ਆ, ਪੂਰਾ ਨਿਸ਼ਾਨ ਜਿਹੜਾ ਹੈਗਾ ਕਰੈਕਟਰ ਵਾਈਜ਼ ਵੀ ਦੇਖੋਗੇ ਤਾਂ ਪ੍ਰੋਪਰ ਕਰੈਕਟਰ ਵਾਈਜ਼ ਆ। ਬਾਕੀ ਸੰਧੂ ਸਾਹਿਬ ਜੀ, ਕਿਸਮਤ ਨਾਲ ਇਹ ਚੀਜ਼ ਹੁੰਦੀ ਹੈ, ਜਿਵੇਂ ਦੋ ਕੰਮ, ਉਹ ਵੀ ਪੂਰੀ, ਉਹ ਸੋਰੀ, ਕਾਲੀ ਨੀਲੀ ਨਾਲ ਮੀਨੀ ਜੀ, ਡਿੰਗਾ ਕੱਟ, ਬਿਲਕੁਲ ਬਿਲਕੁਲ, ਇਹ ਬਹੁਤ ਕੱਟ ਆ, ਸਾਰੀਆਂ ਖੂਬੀਆਂ ਆ ਗਈਆਂ ਵਿੱਚ। ਹਾਂਜੀ ਹਾਂਜੀ, ਆ ਲਓ। ਸੋ ਹਰਵੇਲ ਵੀਰੇ, ਮੁੱਲ ਕਿੰਨਾ ਕਰਦੇ ਦਾ? ਮੁੱਲ ਸੰਧੂ ਸਾਹਿਬ ਇਹਦਾ ਫੋਨ ਤੇ ਕਰਾਂਗੇ, ਫੋਨ ਤੇ ਕਰੋਗੇ? ਹਾਂਜੀ, ਠੀਕ ਆ, ਵੇਖੋ ਜੇ ਕੋਈ ਰੈਰੂ ਹੈਗੀ, ਕੋਈ ਮੰਡੀ ਨਹੀਂ, ਬਾਕੀ ਜਾਇਜ਼ ਹੀ ਆ, ਜ਼ਿਆਦਾ ਨਹੀਂ, ਪਰ ਫੋਨ। ਠੀਕ ਹੈ ਜੀ, ਚਲੋ ਤੁਹਾਡੀ ਇੱਛਾ ਜੀ। ਅਸੋ ਦੋਸਤੋ, ਜਿਹੜਾ ਮੁੱਲ ਹੈਗਾ ਫੋਨ ਤੇ ਵੀਰ ਕਹਿੰਦਾ ਵੀ ਕਰ ਲਾਂਗੇ, ਚਾਹਵਾਨ ਵੀਰ ਜਿਹੜੇ ਹੋਣਗੇ ਉਹ ਜ਼ਰੂਰ ਤੁਸੀਂ ਤਸੱਲੀ ਤੋਂ ਬਾਅਦ
ਹਾਂ ਚਵਾਈ ਬੇਸ਼ੱਕ ਦਿਖਾਈਏ ਜੀ, ਨਾਲੋ ਨਾਲ ਦਿਖਾ ਦਿਓ ਜੀ। ਸੋ ਦੋਸਤੋ ਮੋਰਨਿੰਗ ਦਾ ਟਾਈਮ ਹੈ, ਅੱਜ ਥੋੜ੍ਹਾ ਜਿਹਾ ਆਪਾਂ ਲੇਟ ਹੋ ਗਏ ਸੀਗਾ ਆਉਣ ਦੇ ਵਿੱਚ ਬਾਈ ਦੇ ਫਾਰਮ 'ਤੇ, ਅਤੇ ਚਵਾਈ ਜਿਹੜੀ ਹੁਣ ਤਕਰੀਬਨ 9 ਦੇ 1 ਗੇੜ ਹੋ ਰਹੀ ਆ, ਅਤੇ ਸ਼ਾਮ ਨੂੰ ਤੁਸੀਂ ਬੇਸ਼ੱਕ ਲੇਟ ਵੀ ਚਵਾਈ ਕਰਕੇ ਟਾਈਮ ਟੂ ਟਾਈਮ ਚਵਾਈ ਕਰ ਸਕਦੇ ਜੀ। ਬਾਕੀ ਵੀਰ ਦੀ ਤਸੱਲੀ 'ਤੇ ਵੀ ਤੁਸੀਂ ਲੈ ਕੇ ਜਾ ਸਕਦੇ ਜੀ। ਧਾਰ ਧੂਰ ਵੀਰ ਜੀ ਬਿਲਕੁਲ ਮੋਟੀ ਚੰਗੀ ਹੈ, ਬੋਲੀ ਜਾਂਦਾ ਵੀ ਧਾਰ ਵੀਰਾਂ ਦਾ। ਚਲੋ ਜੀ ਬੱਚਾ ਛੱਡ ਦਿੱਤਾ ਤਕਰੀਬਨ, ਚਵਾ ਆਪਾਂ ਤੁਹਾਨੂੰ ਚੰਗੀ ਤਸੱਲੀ ਦੇ ਨਾਲ ਦਿਖਾ ਦੇਣਾ। ਦੋਸਤੋ ਕਈ ਵਾਰ ਦੂਰ ਦੁਰਾਡੇ ਵਾਲੇ ਵੀਰਾਂ 'ਤੇ ਚੀਜ਼ ਪਸੰਦ ਆ ਜਾਂਦੀ ਹੈ ਅਤੇ ਪਹੁੰਚ ਨਹੀਂ ਹੁੰਦੀ ਗੀ, ਫਿਰ ਉਹ ਆਉਂਦੇ ਆ ਵੀ ਘੱਟੋ ਘੱਟ ਵੀ ਬਾਈ ਡਿਲੀਵਰੀ ਕਰਾ ਦਿਓ। ਇੱਕ ਵਾਰੀ ਜੇਕਰ ਆਪਾਂ ਵੇਖ ਲਾਂਗੇ ਤਸੱਲੀ ਦੇ ਨਾਲ ਤਾਂ ਦੋਸਤੋ ਜਿਹੜਾ ਈਜ਼ੀ ਹੋ ਜਾਂਦਾ ਆਪਾਂ ਕੋਈ ਫੈਸਲਾ ਲੈਣਾ। ਓਕੇ ਜੀ ਆ ਲਓ ਦੋਸਤੋ, ਆਹ ਪਸਮਾ ਹੋ ਗਿਆ ਦੋਸਤੋ। ਪਸਮਾ ਤੋਂ ਬਾਅਦ ਜਿਹੜਾ ਥਣਾਂ ਦੀ ਆ ਕੁਆਲਿਟੀ ਆ ਉਹ ਜ਼ਰੂਰ ਚੈੱਕ ਕਰ ਲਓ। ਚੰਗਾ ਸੋਹਣਾ ਥਣ ਦੋਸਤੋ ਹੈਗਾ, ਚਾਰੇ ਥਣਾਂ ਦਾ ਗੈਪ ਅੰਤਰ ਵੀ ਸਹੀ ਆ, ਬਿਲਕੁਲ ਮੁੱਠੀ ਮੁੱਠੀ ਵਾਲਾ ਥਣ ਆ, ਅਤੇ ਚਵਾਈ ਆਪਾਂ ਦੇਖਦੇ ਹਾਂ ਕਿਹੋ ਜਿਹੀ ਲੱਗੀ ਆ। ਹਲੋ ਜੀ ਕਰੋ ਜੀ, ਕਰੋ ਜੀ ਸਟਾਰਟ।
ਠੀਕ ਆ ਠੀਕ ਆ। ਦੂਜੇ ਨੰਬਰ ਤੇ ਦੋਸਤੋ ਜਿਹੜੀ ਮੱਝ ਹੈਗੀ ਵੀਰ ਦੇ ਕੋਲ ਭਾਈ ਹਰਵੇਲ, ਇਹਦੀ ਕੀ ਡਿਟੇਲ ਸੀਗੀ ਜੀ? ਮਤਲਬ ਇਹਦੀ ਡਿਟੇਲ ਇਸ ਤਰ੍ਹਾਂ ਵਾ, ਹਾਂਜੀ, ਇਹਨੂੰ ਸੂਈ ਨੂੰ ਅੱਜ ਕੋਈ 23-24 ਦਿਨ ਹੋ ਗਏ ਆ, ਹਾਂਜੀ, ਤਾਂ 26 ਤਰੀਕ ਨੂੰ ਇਹਦਾ ਬੱਚਾ ਜਿਹੜਾ ਉਹ ਮਰ ਗਿਆ ਵਾ। ਠੀਕ ਹੈ, ਸੂਈ ਦੀ ਵੀਡੀਓ ਹੈਗੀ ਆਪਣੇ ਕੋਲ, ਠੀਕ ਹੈ, ਤਾਂ ਬੱਚਾ ਜਿਸ ਦਿਨ ਮਤਲਬ ਮਰਿਆ ਸੀਗਾ ਉਹ ਆਪਾਂ ਵੀਡੀਓ ਪ੍ਰੋਪਰ ਬੋਲ ਕੇ ਬਣਾਈ ਆ। ਬਿਲਕੁਲ, ਤਾਂ ਆਪਾਂ ਇਹਦੀ ਇੱਕ ਨਾ ਜਿਸ ਤਰ੍ਹਾਂ ਬੂਛੀ ਕਹਿ ਦਿੰਦੇ ਜਾਂ ਡੰਮੀ ਕਹਿ ਦਿੰਦੇ ਆ, ਹਾਂਜੀ, ਉਹ ਬਣਾਈ ਹੋਈ ਆ ਖੱਲ ਦੀ। ਅੱਛਾ, ਉਸੇ ਬੱਚੇ ਦੀ? ਉਸੇ ਬੱਚੇ ਦੀ, ਹਾਂਜੀ, ਤੇ ਉਹ ਅੱਗੇ ਰੱਖ ਦੇਈਦੀ ਆ, ਨਾਲ ਜੇ ਵੰਡ ਪਾਉਣਾ ਥੋੜਾ ਚੋਕਰ ਪਾ ਦੇਈਦਾ, ਬਿਲਕੁਲ, ਨਹੀਂ ਤਾਂ ਉਹਦੇ ਤੇ ਧਾਰ ਲੈ ਕੇ, ਬਿਲਕੁਲ ਬਿਲਕੁਲ ਸਹੀ ਹੈ, ਤਾਂ ਮਿਲ ਪੈਂਦੀ ਆ। ਠੀਕ ਹੈ ਜੀ, ਤੇ ਟਾਈਮ ਕਿੰਨੇ ਕੁ ਵੀ ਦਿਨ ਕਿੰਨੇ ਕੁ ਹੋ ਗਏ? ਸਹੀ, ਅੱਜ ਇਹਨੂੰ ਕੋਈ 23-24 ਦਿਨ ਹੋਣਗੇ। 23-24 ਦਿਨ ਜਿਹੜਾ ਸਮਾਂ ਹੋ ਗਿਆ, ਤੇ ਅੱਜ 5 ਦਿਨ 6 ਬੱਚੇ ਮਰੇ ਹੋ ਗਏ। ਤੇ ਦੁੱਧ ਕਿੰਨਾ ਚਵਾ ਰਹੀ ਹੈ ਜੀ? ਦੁੱਧ ਇਹਦਾ ਵੀ ਸਦੂ ਸਾਹਿਬ ਕੋਈ ਆਪਾਂ ਪੱਕਾ ਜਿਹੜਾ 11 ਕੁ ਲੀਟਰ ਕਵਾਂਗੇ, ਹਾਂਜੀ, ਬਾਹਰ ਵੀ ਹੋ ਸਕਦਾ ਵਾ। ਠੀਕ ਹੈ, ਤੇ ਜਿਹੜਾ 10-11-12 ਇੱਥੇ ਕੀ ਚੱਲ ਰਹੀ ਹੈ। ਚਲੋ ਠੀਕ ਹੈ ਜੀ, ਸੋ ਦੋਸਤੋ 10 ਤੋਂ ਬਾਅਦ 11:30-11:11 ਤੇ ਜਿਹੜਾ ਦੁੱਧ ਚੱਲਣ ਡਈ ਆ, ਤੇ ਵੀਰ ਕਹਿੰਦਾ ਪਹਾੜੇ ਵੰਡੇ ਤੇ ਚਾਟ ਤੇ ਜਿਹੜਾ ਦੋਸਤੋ ਬਿਲਕੁਲ ਇਸੇ ਤਰ੍ਹਾਂ ਅੱਗੇ ਪ੍ਰੋਪਰ ਪਾ ਕੇ ਤੁਸੀਂ ਜਿਹੜੀ ਇਹ ਚਵਾਈ ਕਰ ਸਕਦੇ ਜੀ। ਆ ਬੱਚਾ ਜੇ ਇਹ ਰੱਖਣਾ ਰੱਖੋ, ਹਾਂਜੀ, ਨਹੀਂ ਰੱਖਣਾ ਕੋਈ ਜ਼ਰੂਰੀ। ਠੀਕ ਹੈ, ਬਿਲਕੁਲ, ਆਪਾਂ ਚਵਾਈ ਸ਼ੁਰੂ ਕਰੀਏ। ਬਸ ਸਮਾਂ ਜਿਹੜਾ ਹੋ ਗਿਆ ਦੋਸਤੋ, ਚਵਾਈ ਆਪਾਂ ਕਰਦੇ ਲੱਗੇ ਸਟਾਰਟ। ਠੀਕ ਹੈ ਜੀ, ਚਲੋ ਮੈਂ ਇੱਧਰੋਂ ਆਇਆ।
ਫੋਨ ਕਰਨਾ ਬਹੁਤ ਹੀ ਕੰਮ ਦਵਾਈ ਇੱਕ ਫਿਰ ਆਪਣਾ ਭਾੜਾ ਵੰਡਾ ਅੱਗੇ ਪਾਓ ਕੋਈ ਜ਼ਰੂਰੀ ਨਹੀਂ ਕਿ ਆਪਾਂ ਉਹ ਡੰਮੀ ਜਾਂ ਬੱਚਾ ਅੱਗੇ ਰੱਖਣਾ ਸਾਢੇ 800 ਰੁਪਏ ਜਿਹੜਾ ਸੂਈ ਦਾ ਸਮਾਂ ਉਹ ਵੀ ਪੱਕਾ ਜੋ ਆਪਾਂ ਦੱਸਿਆ ਉਹ ਵੀ ਹੋਊਗਾ ਉਹ ਵੀਡੀਓ ਵੀ ਆਪਾਂ ਪਾਈ ਸੀ ਮੈਨੂੰ ਲੱਗਦਾ ਹਾਂ ਬਿਲਕੁਲ ਬੱਚਾ ਮਰ ਗਿਆ ਸੀ ਤਾਂ ਕਰਕੇ ਚਵਾਈ ਵੀ ਬਿਲਕੁਲ ਥੋੜੇ ਸਮੇਂ ਦੇ ਵਿੱਚ ਹੀ ਹੋ ਜਾਊਗੀ ਸਾਹਿਬ ਚਵਾਤ ਹੈ ਨਾ ਬਹੁਤ ਹੀ ਵਧੀਆ ਫਿਰ ਕੱਦ ਵਜਨ ਬਹੁਤ ਜ਼ਿਆਦਾ ਮੈਂ ਇਹਦਾ ਠੀਕ ਹੈ ਸਾਰੇ ਪਾਸੇ ਪੂਰੀ ਹੈ ਫਿਰ ਪ੍ਰੋਪਰ ਨੀਲੀ ਦਾ ਪੱਖ ਰੱਖਦੀ ਆ ਜੇ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਪਸ਼ੂ ਮੰਗਵਾਉਣਾ ਹੋਵੇ ਤਾਂ ਆਪਾਂ ਭੇਜ ਸਕੀਏ ਤਸੱਲੀ ਹੋ ਜਾਂਦੀ ਬਿਲਕੁਲ ਬਿਲਕੁਲ ਦੂਰ ਦੁਰਾਡੇ ਹੋ ਗਏ ਵੀ ਹਰ ਇੱਕ ਵੀਰ ਭੈਣ ਭਰਾ ਕਿਸੇ ਨੇ ਵੀ ਜਿਹੜੇ ਤਸੱਲੀ ਕਰਨੀ ਇਸੇ ਤਰ੍ਹਾਂ ਹੀ ਕਰਨੀ ਆਣ ਕੇ ਵੀ ਬਿਲਕੁਲ ਜੀ ਅਤੇ ਜੇਕਰ ਕਿਸੇ ਦੇ ਸਮਝ ਆ ਜਾਵੇ ਤਾਂ ਚੀਜ਼ ਸੌਖਾ ਹੋ ਜਾਊਗਾ ਬਾਕੀ ਮੈਂ ਦੋਸਤੋ ਵਾਰ ਵਾਰ ਕਹਿੰਦਾ ਹੁੰਦਾ ਹਰ ਇੱਕ ਦੀ ਆਪੋ ਆਪਣੀ ਸੋਚ ਸਮਝ ਹੈ ਜੇਕਰ ਤੁਹਾਡੇ ਸਮੇਂ 'ਚੋਂ ਸਮਾਂ ਤੁਸੀਂ ਆਪਦਾ ਕੱਟ ਕਰਾਉਣਾ ਚਾਹੁੰਦੇ ਹੋ ਤਾਂ ਕੋਈ ਇਤਰਾਜ਼ ਨਹੀਂ ਹੁੰਦਾ ਹੈਗਾ ਤੁਸੀਂ ਆਪਦੀ ਆ ਕੇ ਨਰਖ ਪਰਖ ਕਰਕੇ ਚੀਜ਼ ਖਰੀਦ ਲਿਆ ਕਰੋ ਆ ਲਓ ਜੀ ਠੀਕ ਹੈ ਚਵਾਈ ਜਿਹੜੀ ਕੰਪਲੀਟ ਹੋ ਚੁੱਕੀ ਹੈ ਅਤੇ ਵਧੀਆ ਚੰਗੀ ਪੋਲੀ ਚਵਾਈ ਲੱਗੀ ਹੈਗੀ ਹੈ ਮੱਝ ਨੂੰ ਅਤੇ ਪ੍ਰੋਪਰ ਵੈਸੇ ਵੀ ਦੋਸਤੋ ਹੈ ਵੀ ਸੋਹਣੇ ਸੁਨੱਖੇ ਰੂਪ ਦੇ ਵਿੱਚ ਵੀ ਆ ਕੋਈ ਇਹ ਵੀ ਨਹੀਂ ਗਾ ਵੀ ਸਿੰਘ ਵੀ ਚੰਗੀ ਸੋਹਣੀ ਬਣਤਰ ਆ ਅਤੇ ਚੰਗੀ ਆਪ ਵੀ ਰਾਜੀ ਆ 58,500 ਤੋਂ ਜਿਹੜਾ ਵੀਰ ਨੇ ਮੁੱਲ ਕੀਤਾ ਅਤੇ 58,500 ਦੇ ਵਿੱਚੋਂ 500 ਰੁਪਈਆ ਕਹਿ ਰਹੇ ਨੇ ਵੀ ਮਾਨਤਾਨ ਕੀਤਾ ਜਾਊਗਾ 5-100 ਰੁਪਈਆ ਦਾ ਜਿਹੜਾ ਗੁੰਜਾਇਸ਼ ਹੈਗੀ ਹੈ ਮਾਨਤਾਨ ਕੀਤਾ ਜਾਊਗਾ ਠੀਕ ਹੈ ਜੀ ਬਹੁਤ ਚੰਗਾ ਕੱਦ ਵਜਨ ਠੀਕ ਹੈ ਜੀ ਚਲੋ ਜੀ ਸਾਡੇ ਠੀਕ ਹੈ ਜੀ ਮਤਲਬ 10 ਤੋਂ ਬਾਅਦ ਥੱਲੇ ਦੁੱਧ ਠੀਕ ਹੈ ਜੀ ਦੋ
ਟਾਈਮ ਤਿੰਨ ਟਾਈਮ ਜਿੱਦਾਂ ਮਰਜ਼ੀ। ਸੋ ਵੀਰ ਸੰਪਰਕ ਨੰਬਰ ਜ਼ਰੂਰ ਬੋਲ ਦਿਓ 9963 82025 9902 5। ਠੀਕ ਹੈ ਬਾਕੀ ਮੱਤ ਦੇ ਇਸੇ ਦਾ ਬੱਚਾ ਸੀਗਾ ਜੋ ਐਕਸਪਾਇਰ ਹੋ ਗਿਆ ਸੀ ਕੁਝ ਦਿਨ ਪਹਿਲਾਂ। ਤੇ ਬਾਕੀ ਪ੍ਰੋਪਰ ਵੀਰ ਨੇ ਤਰੀਕ ਡਿਟੇਲ ਦੱਸ ਦਿੱਤੀ ਹੈ ਵੀ ਕਿੰਨੀ ਤਰੀਕ ਨੂੰ ਸੂਈ ਆ ਤੇ ਹੁਣ ਮਿਲਕ ਜਿੰਨਾ ਹੈਗਾ 26 ਨਵੰਬਰ ਨੂੰ ਜਿਹੜਾ ਬੱਚਾ ਮਰ ਗਿਆ ਸੀਗਾ। ਤੇ ਦੋਨੋਂ ਮੱਝਾਂ ਵੀਰ ਦੇ ਕੋਲ ਸੇਲ ਨੇ ਦੋਸਤੋ, ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਜਿਹੜੀ ਮੱਝ ਦਿਖਾਈ ਹੈ। ਸੋ ਸਾਫ਼ ਸੁਥਰੇ ਜਿਹੜੇ ਪਸ਼ੂ ਨੇ, ਆਓ ਤਸੱਲੀ ਕਰੋ, ਉਸ ਤੋਂ ਬਾਅਦ ਚੁਆਈ ਕਰਨ ਤੋਂ ਬਾਅਦ ਵੀਰ ਨਾਲ ਸੌਦਾ ਕਰ ਸਕਦੇ ਜੀ। ਬਾਕੀ ਚੁਆਈ ਆਪਾਂ ਵਿੱਚ ਦਿਖਾਤੀ ਆ, ਕਿਸੇ ਭੈਣ ਭਰਾ ਨੇ ਔਨਲਾਈਨ ਵੀ ਖਰੀਦਣਾ ਪਸ਼ੂ ਤਾਂ ਤੁਸੀਂ ਖਰੀਦ ਸਕਦੇ ਜੀ। ਸੋ ਇੱਕ ਉਹ ਬੂਰੀ ਵੀ ਹੈਗੀ ਆਪਣੇ ਕੋਲ ਝੋਟੀ ਜੀ। ਅੱਛਾ ਜੀ, ਇਹ ਆਪਾਂ ਪਾਈ ਸੀ ਪਿੱਛੇ ਜੇ, ਫਿਰ ਕੋਈ ਤਾਂ ਸੌਦਾ ਹੋਇਆ ਨੀਗਾ ਜੀ? ਅੱਛਾ ਜੀ, ਚਾਰ ਕਿਲੋ ਦੁੱਧ ਆ ਦੋਸਤੋ, ਤੇ ਪਹਾੜੇ ਵੰਡੇ ਤੇ ਜਿਹੜੀ ਮਿਲਦੀ ਆ। ਤੇ ਗੱਬਣ ਗੁੱਬਣ ਦਾ ਏ ਆਈ ਹੋਈ ਨੀ ਦੱਸਿਆ? ਚਲੋ ਕਨਫਰਮ ਨਹੀਂ ਹੈਗਾ, ਬਾਕੀ ਏ ਆਈ ਹੋਈ ਆ। ਚੰਗੀ ਝੋਟੀ ਆ ਦੋਸਤੋ, ਕੱਦ ਕਾਠੀ ਵੀ ਵਧੀਆ ਹੈਗਾ, ਤੇ ਬਿਲਕੁਲ ਸੂਹ ਸਾਹ ਦੇ ਨਿਸ਼ਾਨ ਪ੍ਰੋਪਰ ਜਿਹੜਾ ਹੈਗਾ, ਤੇ ਬਾਕੀ ਕੁੰਡੀ ਜ਼ਰੂਰ ਆ। ਆ ਲਓ ਮੋੜ ਦਈਏ ਜੀ, ਮੰਦਰ ਦੁੱਧ ਪਾਉਣ ਵਾਲਾ ਦੁੱਧ ਪਾ ਗਿਆ। ਬੂਰੀ ਝੋਟੀ ਆ ਦੋਸਤੋ, ਬਾਕੀ ਰੇਟ ਭਾਅ ਪੜਦਾ ਵੀ ਬਿਲਕੁਲ ਜਾਇਜ਼ ਜਿਹਾ ਹੀ ਆ। ਸੋ ਚਾਹ ਵਾਲ ਮੀਰ ਤੁਸੀਂ ਜ਼ਰੂਰ ਖਰੀਦ ਸਕਦੇ ਜੀ। ਅੱਗੇ ਜੇਕਰ ਪ੍ਰੋਪਰ ਨਿਕਲ ਆਉਂਦੀ ਆ ਗੱਬਣ ਤਾਂ ਫਿਰ ਤਾਂ ਬਹੁਤ ਵਧੀਆ ਚੰਗਾ ਲੱਕ ਹੈਗਾ, ਜੇਕਰ ਨਹੀਂ ਤਾਂ ਤੁਸੀਂ ਆਪਣੇ ਹੱਥੀਂ ਜਿਹੜੀ ਏ ਆਈ ਕਰਵਾ ਸਕਦੇ ਹੋ ਕਿਸੇ ਚੰਗੇ ਸੀਮਤ ਦੀ। ਬਹੁਤ ਸੋਹਣੀ, ਮਤਲਬ ਕਿਸੇ ਪੱਖੋਂ ਵੀ ਇਹ ਆਮ ਜਿਹੜਾ ਆਪਾਂ ਬੂਰਾ ਪਸ਼ੂ ਲੱਭਦੇ ਰਹਿੰਦੇ ਹਾਂ, 20-25 ਦੀਆਂ ਕੱਟੀਆਂ ਮਿਲਦੀਆਂ, ਤਾਂ 33,000 ਦੇ ਵਿੱਚ ਆਪਾਂ ਨੂੰ 4 ਕਿਲੋ ਦੁੱਧ ਨਾਲ ਤਾਂ ਚੰਗੇ ਵਜਨ ਵਾਲੀ। ਸਹੀ ਹੈ, ਸਹੀ ਹੈ, ਦੂਜੇ ਸੂਏ ਚੱਲ ਰਹੇ ਆ, ਸਾਨੂੰ ਦੀ ਕੁਆਲਿਟੀ ਵਧੀਆ। ਤੇ ਮੁੱਲ ਵੀਰ ਫਿਰ ਕਿੰਨਾ ਕੁ ਡਿਮਾਂਡ ਮੁੱਲ ਕਰਦੀ ਹੈ ਜੀ? 33,000 ਚੋਂ ਵੀ 500 ਰੁਪਏ ਮਾਨਤਨ। ਠੀਕ ਹੈ ਜੀ, ਸੋ ਦੋਸਤੋ ਵੇਖ ਲਓ, ਬਾਕੀ ਜਿਸ ਵੀ ਕਿਸਾਨ ਵੀਰ ਨੂੰ ਪਸੰਦ ਹੋਵੇ, ਠੀਕ ਹੈ ਜੀ, ਜਾਇਜ਼ ਲੱਗਦਾ ਹੋਵੇ ਭਾਅ ਪਰਖ ਦੇ ਵਿੱਚ ਹੋਵੇ। ਠੀਕ ਹੈ ਜੀ, ਆ ਸ਼ਾਹੀਵਾਲ ਗਾਂ ਦੀ ਜਿਹੜੀ ਮੈਂ ਦੋਸਤੋ ਪਹਿਲੇ ਨੰਬਰ ਤੇ ਡਿਸਕਸ਼ਨ ਕਰਤੀ ਸੀ, ਬਾਕੀ ਇਹਦੇ ਜਿਹੜੇ 10 ਕੁ ਦਿਨ ਹਜੇ ਕੱਚੀ ਆ, 10 ਕੁ ਦਿਨ ਲੈ ਜਾਣੀ, ਹਵਾਨਾ ਹੁਣਾ ਬਹੁਤ ਖੁੱਲਾ ਬਣਾਉਣਾ। ਜਿਹੜੀ ਕਪੈਸਿਟੀ ਆ ਉਹਦਾ ਵੈਸੇ ਜਿਹੜੀ ਇਹ 18 ਲੀਟਰ ਦੀ ਹੈ ਇਹਦੀ। ਠੀਕ ਹੈ ਜੀ, ਬਾਕੀ ਹਜੇ ਕੱਚੀ ਆ। 18 ਲੀਟਰ ਤੇ ਦਿਸ ਰਿਹਾ ਮਨ ਢਿੱਲ ਢੁੱਲ ਬੜੀ ਆ, ਇੰਨਾ ਹੀ ਬਣਾਉਣਾ ਜੇ ਪਿੱਛੋਂ ਅੱਗੋਂ ਲੈ ਕੇ ਬਿਲਕੁਲ ਪ੍ਰੋਪਰ ਪਿੱਛੋਂ ਤੱਕ ਖੋਲਣਾ ਵਾਲਾ। ਬਾਕੀ ਸੀਸ ਲੱਗਾ ਇਹ ਨਹੀਂ ਕਿ ਆਮ ਦਾ ਵਾਂਗ ਤਰ੍ਹਾਂ, ਇਹ ਚੰਗੀ ਤੋਂ ਆਈ ਪਲੀ ਪੁਲੀ ਬਹੁਤ ਸੰਭੀ ਹੈ ਨਾ ਜੀ। ਠੀਕ ਆ, ਠੀਕ ਆ, ਠੀਕ ਆ, ਲਓ ਠੀਕ ਆ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।